जानते जानते नहीं हटदा कम ਐ ਸਾਈਡ ਤੇ ਜੋਤ ਵਾਲੀ ਸਾਈਡ ਤੇ ਨਾ ਜਿਹੜੇ ਇਧਰ ਮਿੱਟੀ ਮੁੱਟੀ ਕਾਫੀ ਡਿੱਗੀ ਹੋਈ ਆ ਰੁੱਖ ਬਹੁਤ ਡਿੱਗੇ ਹੋਏ ਨੇ ਇਧਰ ਹੁਣਾ ਸੇਫ ਨਹੀਂ ਜੀ ਆਹ ਆਪਕੋ ਫੋਨ ਹੀ ਫੋਨ ਹੈ ਆਪ ਤੋਂ ਖਿੱਚ ਲੈ ਖਜ਼ਾਰ ਝੀਲ ਦਾ ਨਜ਼ਾਰਾ ਵੇਖੋ ਝੀਲ ਤੇ ਝੀਲੋ ਝੀਲ ਹੋਇਆ ਪਿਆ ਕੰਮ ਸੋ ਸਤਿ ਸ਼੍ਰੀ ਅਕਾਲ ਦੋਸਤੋ ਗੁੱਡ ਮਾਰਨਿੰਗ ਸਵੇਰ ਦਾ ਸਮਾਂ ਤੇ ਅਸੀਂ ਰੈਡੀ ਹੋ ਗਏ ਆ ਤੇ ਹੁਣ ਅਸੀਂ ਇੱਥੋਂ ਨਿਕਲਾਂਗੇ ਡਲਹੌਜ਼ੀ ਤੋਂ ਆਪਣਾ ਨੁਮਾਇਦੇ ਕੈਫੇ ਤੋਂ ਤੇ ਅਸੀਂ ਹੁਣ ਖਜ਼ਾਰ ਜਾਵਾਂਗੇ ਸ਼ਾਇਦ ਖਜ਼ਾਰ ਦਾ ਦੇਖਾਂਗੇ ਜੇ ਰਸਤਾ ਠੀਕ ਹੋਇਆ ਖਜ਼ਾਰ ਜਾ ਕੇ ਤੇ ਉਸ ਤੋਂ ਬਾਅਦ 'ਚ ਅਸੀਂ ਵਾਪਸੀ ਕਰਾਂਗੇ ਅੰਮ੍ਰਿਤਸਰ ਨੂੰ ਤੇ ਮਿਲਦੇ ਹਾਂ ਜਲਦੀ ਹੀ ਤੇ ਬੰਦੇ ਸਾਡੇ ਸਾਰੇ ਰੈਡੀ ਹੋ ਗਏ ਆ ਵੀਰਾ ਰੈਡੀ ਹੋਣ ਵਾਲਾ ਵਾ ਬਾਕੀ ਬਾਕੀ ਦੋ ਰੈਡੀ ਹੋ ਗਏ ਆ ਇਹ ਸੀ ਸਾਡਾ ਰੂਮ ਤੇ ਐਵੇਂ ਲੱਗੇ ਹੋਏ ਇੱਥੇ ਬੈੱਡ ਅੱਠ ਬੰਦੇ ਆਰਾਮ ਨਾਲ ਰੂਮ 'ਚ ਰਹਿ ਸਕਦੇ ਆ ਇਹ ਬਟ ਅਸੀਂ ਚਾਰ ਹੀ ਸੀਗੇ ਵਧੀਆ ਸੀਗਾ ਓਵਰਆਲ ਤੇ ਕੈਫੇ ਮੈਂ ਦਿਖਾਉਣਾ ਤੁਹਾਨੂੰ ਇਹ ਸੋਹਣਾ ਬਣਿਆ ਐਡਵੈਂਚਰ ਕਿਹਨੂੰ ਕਹਿੰਦੇ ਆ ਐਡਵੈਂਚਰ ਸਾਈਡ ਹੈ ਇਹ ਦੇਖ ਸਕਦੇ ਹੋ ਤੁਸੀਂ ਇਹਨਾਂ ਦੇ ਜੇ ਆਪਾਂ ਰੇਟ ਦੀ ਗੱਲ ਕਰੀਏ ਤੇ ਇੱਥੇ ਰੁਕਣ ਦਾ ਜਿਹੜਾ ਵਾ ਉਹ ਜੈਨੂਇਨ ਆ ਖਰਚਾ ਤੇ ਬਾਕੀ ਜਿਹੜਾ ਰੋਟੀ ਪਾਣੀ ਦਾ ਵਾ ਉਹ ਇਹਨਾਂ ਦੇ ਥੋੜੇ ਕੋਸਟਲੀ ਆ ਫਿਰ ਵੀ ਠੀਕ ਆ ਵਾਰੇ 'ਚ ਆ ਜਾਂਦੇ ਐਡੀ ਗੱਲ ਵੀ ਨਹੀਂ ਇੱਦਾਂ ਟੈਂਟ ਬਣੇ ਹੋਏ ਆ ਤੇ ਜਿੱਥੇ ਅਸੀਂ ਰੁਕੇ ਸੀ ਉਹ ਤੇ ਪੱਕੇ ਰੂਮ ਬਣੇ ਹੋਏ ਆ ਵਾਲੇ ਠੀਕ ਹੈ ਜੀ ਤੇ ਸਾਨੂੰ ਚਾਰ ਬੰਦਿਆਂ ਨੂੰ ਅੱਠ ਬੈੱਡ ਵਾਲਾ ਰੂਮ ਜਿਹੜਾ ਵਾ ਉਹ ਸਾਨੂੰ 1200 'ਚ ਮਿਲਿਆ ਓ ਵਾਓ ਤੇ ਬਾਕੀ ਇੱਦਾਂ ਦੇ ਕੈਂਪ ਕਾਫੀ ਬਣੇ ਹੋਏ ਇਹ ਅੰਦਰੋਂ ਦਿਖਾਉਣਾ ਤਾਂ ਮੈਂ ਇਹ ਵੀ ਸੈੱਟ ਆ ਅੱਗੇ ਜੰਗਲ ਤੇ ਅੱਜ ਜਿਹੜਾ ਮੌਸਮ ਹੈ ਮੌਸਮ ਥੋੜ੍ਹਾ ਸਾਫ਼ ਹੈ ਸਵੇਰੇ ਧੁੱਪ ਲੱਗੀ ਸੀਗੀ ਤੇ ਹੁਣ ਫਿਰ ਵੈਸੇ ਬੱਦਲ ਬਣਦੇ ਫਿਰਦੇ ਆ ਤੇ ਕੋਈ ਪਤਾ ਨਹੀਂ ਬਾਰਿਸ਼ ਆ ਹੀ ਜਾਵੇ ਆਹ ਦੇਖੋ ਕਿੱਥੇ ਬੈਠਾ ਆ ਸੋ ਦੋਸਤੋ ਅਸੀਂ ਲੱਗੇ ਹਾਂ ਨਿਕਲਣ ਬਹਿ ਗਏ ਆ ਸਾਰੇ ਰੈਡੀ ਹੋ ਗਏ ਗੱਡੀ 'ਚ ਤੇ ਹੁਣ ਮਿਲਦੇ ਹਾਂ ਖਜ਼ਾਰ ਫਲਾਵਰ ਕਿੰਨੇ ਸੋਹਣੇ ਨੇ ਯਾਰ ਆਹ ਗੁੱਛਾ ਜਿਹਾ ਬਣ ਜਾਂਦਾ ਕਿੱਥੋਂ ਮਿਲਦੇ ਲੈ ਚਲੀ ਗਏ ਇੱਥੋਂ ਮਿਲਦੇ ਲੈ ਲਓ ਡਲਹੌਜ਼ੀ ਪਬਲਿਕ ਸਕੂਲ ਬੜਾ ਤਗੜਾ ਸਕੂਲ ਹੈ ਬਾਬਾ ਧੜ ਧੜ ਲੋ ਜੀ 2 ਕਿਲੋਮੀਟਰ ਆਏ ਹਾਂ ਅਸੀਂ ਡਲਹੌਜ਼ੀ ਤੋਂ ਤੇ ਭੁੱਖ ਪਿਆਸ ਲੱਗ ਗਈ ਆ ਹੁਣ ਇਹਨਾਂ ਨੂੰ ਬੈਠੇ ਹੋਏ ਨੇ ਸਾਹਿਬ ਹੋਣੀ ਸਾਹਿਬ ਲੋਕ
ਵੀ ਜਗ੍ਹਾ ਬਣਾਣ ਦੇ ਨਾ। ਮੇਰਾ ਫੋਟੋ ਕੋਮ ਕੇ ਯਾਰ ਡੀਪੀ ਲਾ ਲਾ ਕੀ ਹੋ ਰਿਹਾ लाओ यार ऊपर ही ना वजह कहे ना कालिया और मौसम फिर बदल हो गया पूरी एन ओके रिपोर्ट हो गई जे ते फुल सो लो जी ਆਪਾਂ ਪਹੁੰਚ ਗਏ ਆ ਖਜਿਆਰ ਲਓ ਜੀ ਸਾਡੇ ਪਰੌਂਠੇ ਆ ਚੁੱਕੇ ਆ ਹੁਣ ਇਥੋਂ ਅਸੀਂ ਪਰੌਂਠੇ ਖਾ ਕੇ ਤੇ ਫਿਰ ਅਗਲੇ ਸਫਰ ਤੇ ਨਿਕਲਾਂਗੇ ਗ੍ਰੇਨਰੀ ਪੂਰੀ 100% ਠੀਕ ਆ ਤੇ ਹਾਂ ਆਪਕਾ ਫੋਨ ਹੀ ਫੋਨ ਹੈ ਆਪ ਤੋਂ ਖਿੱਚ ਲੇ ਮੇਰਾ ਤਾਂ ਕੋਈ ਲੋ ਜੀ ਖਜਿਆਰ ਝੀਲ ਦਾ ਨਜ਼ਾਰਾ ਵੇਖੋ ਝੀਲ ਤੇ ਝੀਲੋ ਝੀਲ ਹੋਇਆ ਪਿਆ ਕੰਮ ਲੱਗ ਜਾਓ झील च एकदम पानी साइड ते जोत वाली साइड ते ना जिहड़े इधर मिट्टी मुट्टी काफ़ी डिगी हुई आ रुख बहुत डिगे हुए ने इधर होना सेफ नहीं जे कोई ना आयो इधर अगले दो तीन साल देखो तुम देख सकते हो बड़े तगड़े तगड़े पहाड़ जिहड़े ने डिगे हुए ने इधर नाम ही नहीं करती गबरू नू यार इधर दे भैन चो यार तू बकवास क्यों नहीं करता इस काम में ओए होए 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 आ भी राह बड़ा खराब होए पहले च पा के पहले जी है बल्ले 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 अगे साफ ही हो रहा झरने झुरने सारे सड़क के उत्तों की बगंदे है ना लॉबी लॉबी जरा डलहौजी आन दिया वा जोत वाले रस्ते से ना ही प्यो तो वधिया गल आ क्योंकि ये रस्ता बहुत खराब आ बाकी ठीक हूँ अगे सड़क बंद तो नहीं बैरीकेड जन निकला इतो इतो आ डिगा ही पत्थर है ना
ਘਰ ਵੀ ਹੈ ਨਾ ਤੈਨੂੰ ਸੈਂਟਰ ਘਰ ਬਣਾਇਆ जानते जानते ओ वाओ नहीं इधर ठीक है और इतना थले तक दिखता भी नहीं ना मनु बेल्ट खोल ला ना परले बन्ने के रखा वे परले बन्ने रखा चुका राह ही नहीं चलते आगे सो दोस्तों असी पहुँच चले जोत तो वैदर तुसी चेक कर सकते हो मौसम बहुत सोहना पर रस्ता बहुत खराब है ये इधर पहाड़ पुड़ बढ़दू खिसके हुए इधर सो जोत लाने का ना ही सोचो तो हूँ भी फिर जो मौसम है बदल वाला होंदा जांदा